ਕਿਉਂਕਿ ਅੱਜ ਇੱਕ ਬਹੁਤ ਵਧੀਆ ਗੱਲ ਜਿਹੜੀ ਮੈਂ ਦੇਖੀ ਆ ਕਿ ਲੀਡਰਾਂ ਦਾ ਦੇ ਲਈ ਜਿਹੜਾ ਲੋਕਾਂ ਦਾ ਪਿਆਰ ਆ ਆਹ ਸੰਤਰੇ ਅਸੀਂ ਖਾ ਰਹੇ ਹਾਂ ਅਤੇ ਅਸੀਂ ਖਰੀਦੇ ਨਹੀਂ ਰਾਹ 'ਚ ਇੱਕ ਬਾਗ ਆਇਆ ਸੀ ਸੰਤਰਿਆਂ ਦਾ ਬੰਦੇ ਆਪ ਵਿਚਾਰੇ ਪਿਓ ਅਤੇ ਪੁੱਤ ਉਹ ਆ ਕੇ ਦੇ ਕੇ ਗਏ ਆ ਸੋ ਮੈਂ ਬਾਕੀ ਮੇਰੇ ਦਿਲੋਂ ਦੁਆਵਾਂ ਨਿਕਲਦੀਆਂ ਔਰ ਇੰਨਾ ਪਿਆਰ ਜਿਹੜੇ ਮਾਨ ਸਾਹਿਬ ਨੂੰ ਕਰਦੇ ਆ ਕਿਉਂਕਿ ਜਿਹੜੇ ਲੀਡਰ ਪਹਿਲਾਂ ਲੋਕਾਂ ਤੋਂ ਇੰਨੇ ਦੂਰ ਸੀਗੇ ਉਹ ਇੰਨੇ ਨੇੜੇ ਕਰਤੇ ਇਹਨਾਂ ਨੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਇਸ ਵਕਤ ਬਹੁਤ ਹੀ ਲੰਬੇ ਕਾਫਲੇ ਦੇ ਵਿੱਚ ਮੈਂ ਜਲਾਲਾਬਾਦ ਦੇ ਪਿੰਡਾਂ 'ਚ ਹਾਂ ਇਸ ਵਕਤ ਮੇਰੇ ਤਿੰਨ ਦੋਸਤ ਚਾਰ ਦੋਸਤ ਜਿਹੜੇ ਕਲਾਕਾਰੀ ਨੇ ਦੋ ਅੱਗੇ ਵੀ ਜਾਂਦੇ ਨੇ ਗੀਤਾਜ ਅਤੇ ਜੋਰਡਨ ਦੋਨੋਂ ਅੱਗੇ ਨੇ ਅਤੇ ਚਾਰ ਮੇਰੇ ਨਾਲ ਨੇ ਪ੍ਰੀਤ ਹਰਪਾਲ ਰਵਿੰਦਰ ਗਰੇਵਾਲ ਅਤੇ ਹਰਜੀਤ ਹਰਮਨ ਤੁਹਾਡੇ ਨਾਲ ਗੱਲ ਕਰਨੀ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰੀਤ ਹਰਪਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਵੀਰੂ ਆਂਦੜਾਂ ਨੂੰ ਔਰ ਆਮ ਆਦਮੀ ਪਾਰਟੀ ਨੂੰ ਇੰਨਾ ਸਪੋਰਟ ਕੀਤਾ ਇੰਨਾ ਪਿਆਰ ਅਤੇ ਇੰਨਾ ਵਿਸ਼ਵਾਸ ਦਿਖਾ ਰਹੇ ਹੋ ਸੋ ਤੁਹਾਡਾ ਵਿਸ਼ਵਾਸ ਜਿਹੜਾ ਉਹ ਸਾਡਾ ਬੰਦਾ ਕਦੀ ਨਹੀਂ ਤੋੜੂਗਾ ਇਹ ਸਾਡਾ ਤੁਹਾਡੇ ਨਾਲ ਪ੍ਰੋਮਿਸ ਹੈ ਉਹਨਾਂ ਨੇ ਜਿਹੜਾ ਕੀਤਾ ਕੀਤਾ ਹੀ ਹੈ ਸੋ ਲਵ ਯੂ ਆਲ ਗੋਡ ਬਲੈਸ ਯੂ ਤੋਂ ਇੱਦਾਂ ਹੀ ਸਪੋਰਟ ਕਰਦੇ ਰਹੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੰਟੀ ਬੈਂਸ ਭਗਵੰਤ ਬਾਈ ਗੋਭੀ ਦੀ ਕੱਚੀ ਵਪਾਰ ਨੇ ਤੋਂ ਜਿਹੜੇ ਕੰਮ ਤੇ ਸ਼ੁਰੂ ਹੋਇਆ ਸੀ ਲੱਗਿਆ ਸੀ 17-18 ਸਾਲ ਦੀ ਉਮਰ ਤੋਂ ਸੋ ਉਹ ਟਾਈਮ ਆ ਗਿਆ ਪਰਸੋਂ ਨੂੰ ਤੁਸੀਂ ਸਾਰਿਆਂ ਨੇ ਆਪਣੇ ਆਪਣੇ ਹਲਕੇ 'ਚ ਜਿਹੜੇ ਵੀ ਬਾਈ ਹੋਣਾ ਦੇ ਉਮੀਦਵਾਰ ਨੇ ਸਾਰੇ ਉਹਨਾਂ ਨੂੰ ਵੋਟਾਂ ਪਾ ਕੇ ਤੁਸੀਂ ਪਲੀਜ਼ ਮੇਰੀ ਬੇਨਤੀ ਆ ਹੱਥ ਜੋੜ ਕੇ ਸਾਰੇ ਜਿਹੜੇ ਆਪਣੇ ਸੁਪਨੇ ਨੇ ਸਾਡੇ ਪੰਜਾਬੀਆਂ ਦੇ ਉਹਨਾਂ ਨੂੰ ਪੂਰੇ ਕਰ ਦਿਓ ਬਾਈ ਹੋਣਾ ਦੇ ਸਾਰੇ ਬੰਦਿਆਂ ਨੂੰ ਵੋਟਾਂ ਪਾ ਕੇ ਕਿਉਂਕਿ ਅੱਜ ਇੱਕ ਬਹੁਤ ਵਧੀਆ ਗੱਲ ਜਿਹੜੀ ਮੈਂ ਦੇਖੀ ਆ ਕਿ ਲੀਡਰਾਂ ਦਾ ਦੇ ਲਈ ਜਿਹੜਾ ਲੋਕਾਂ ਦਾ ਪਿਆਰ ਆ ਆਹ ਸੰਤਰੇ ਅਸੀਂ ਖਾ ਰਹੇ ਹਾਂ ਅਤੇ ਅਸੀਂ ਖਰੀਦੇ ਨਹੀਂ ਰਾਹ 'ਚ ਇੱਕ ਬਾਗ ਆਇਆ ਸੀ ਸੰਤਰਿਆਂ ਦਾ ਬੰਦੇ ਆਪ ਵਿਚਾਰੇ ਪਿਓ ਅਤੇ ਪੁੱਤ ਉਹ ਆ ਕੇ ਦੇ ਕੇ ਗਏ ਆ ਸੋ ਮੈਂ ਬਾਕੀ ਮੇਰੇ ਦਿਲੋਂ ਦੁਆਵਾਂ ਨਿਕਲਦੀਆਂ ਔਰ ਇੰਨਾ ਪਿਆਰ ਜਿਹੜੇ ਮਾਨ ਸਾਹਿਬ ਨੂੰ ਕਰਦੇ ਆ ਕਿਉਂਕਿ ਜਿਹੜੇ ਲੀਡਰ ਪਹਿਲਾਂ ਲੋਕਾਂ ਤੋਂ ਇੰਨੇ ਦੂਰ ਸੀਗੇ ਉਹ ਇੰਨੇ ਨੇੜੇ ਕਰਤੇ ਇਹਨਾਂ ਨੇ ਔਰ ਲੋਕਾਂ ਦੇ ਦਿਲਾਂ ਦੇ ਵਿੱਚ ਵੜੇ ਹੋਏ ਆ ਔਰ ਬਾਕੀ ਉਤਸ਼ਾਹ ਤਾਂ ਤੁਸੀਂ ਦੇਖ ਹੀ ਰਹੇ ਹੋ ਸੋ ਜਿੱਥੇ ਜਿੱਥੇ ਵੀ ਤੁਸੀਂ ਵੱਸਦੇ ਹੋ ਤੁਸੀਂ ਬੜੀਆਂ ਦੁਆਵਾਂ ਬੜੀਆਂ ਆਪਣੇ ਵੱਲੋਂ ਸ਼ੁਭੇਸ਼ਾਵਾਂ ਮਾਨ ਸਾਹਿਬ ਲਈ ਦਿੰਦੇ ਹਾਂ ਸਾਡੀਆਂ ਵੀ ਸ਼ੁਭੇਸ਼ਾਵਾਂ ਨੇ ਔਰ ਬਾਕੀ ਤੁਹਾਡੀਆਂ ਸਾਰਿਆਂ ਦੀਆਂ ਪਰਮਾਤਮਾ ਦੀ ਮਿਹਰ ਦੇ ਨਾਲ ਸੋ ਮੈਨੂੰ ਲੱਗਦਾ ਹਰ ਮਿਲ ਸੋ ਦੋਸਤੋ ਹਰੇਕ ਦੇ ਸੁਪਨੇ ਹੁੰਦੇ ਆ ਸਾਡੇ ਵੀ ਸੁਪਨੇ ਕਿ ਸਾਡੇ ਲੀਡਰ ਨੇ ਜਿਹੜੇ ਸਾਫ਼ ਅਕਸ ਵਾਲੇ ਹੋਣੇ ਚਾਹੀਦੇ ਆ ਪਿੱਛੋਂ ਦੇਖ ਲਓ ਕਾਫਲਾ 8 ਕਿਲੋਮੀਟਰ ਪਿੱਛੇ ਆ ਅਤੇ 2 ਕਿਲੋਮੀਟਰ ਅੱਗੇ ਅਤੇ ਇਹਨਾਂ ਦੇ ਭਗਵੰਤ ਮਾਨ ਸਾਡਾ ਵੱਡਾ ਭਰਾ ਅਤੇ ਬਹੁਤ ਹੀ ਅੱਛੀ ਸੋਚ ਦਾ ਮਾਲਕ ਆ ਜਿਹਦੀ ਸੋਚ ਨੂੰ ਅਸੀਂ ਸਲੂਟ ਕਰਦੇ ਹਾਂ ਅਤੇ ਇਹਦੀ ਹਮਾਇਤ 'ਤੇ ਖੜੇ ਹਾਂ ਤੁਸੀਂ ਵੀ ਜਿੱਥੇ ਜਿੱਥੇ ਤੁਸੀਂ ਬੈਠੇ ਹੋ ਝਾੜੂ ਵਾਲਾ ਬਟਨ ਦਬਾ ਦਿਓ 4 ਤਰੀਕ ਨੂੰ ਅਤੇ ਇਹ ਕਾਮਯਾਬੀ ਸਾਡੀ